ਪੰਜਾਬ ਦੇ ਅੰਮ੍ਰਿਤਸਰ ਦੇ ਜੰਮੇ ਤਨਮਿਆ ਨਰੰਗ ਨੇ 2 ਸਾਲ ਦੀ ਉਮਰ 'ਚ ਰਿਕਾਰਡ ਬਣਾਇਆ ਹੈ। ਛੋਟੀ ਉਮਰੇ 195 ਦੇਸ਼ਾਂ ਦੇ ਝੰਡਿਆਂ ਦੀ ਪਛਾਣ ਕਰ ਲਈ ਹੈ ਅਤੇ ਅੰਮ੍ਰਿਤਸਰ ਦੇ ਰਣਜੀਤ ਐਵੇਨਿਊ 'ਚ ਪੈਦਾ ਹੋਏ ਤਨਮਿਆ ਨਰੰਗ ਨੇ ਹੁਣ ਨਵਾਂ ਰਿਕਾਰਡ ਬਣਾਇਆ ਹੈ ਅਤੇ ਉਸ ਦੀ ਮਾਂ ਹੀਨਾ ਸੋਈ ਨਰੰਗ ਨੇ ਦੱਸਿਆ ਕਿ ਜਦੋਂ 1 ਸਾਲ 4 ਮਹੀਨੇ ਦਾ ਸੀ ਤਾਂ ਉਸ ਨੂੰ ਮਾਈਂਡ ਡਿਵੈਲਪਮੈਂਟ ਐਂਡ ਗੇਮਸ ਲੈ ਦਿੱਤੀਆਂ ਸੀ ਅਤੇ ਉਸ ਦੇ ਬਾਅਦ ਉਸ ਨੇ ਕਾਰਡ ਨੂੰ ਪਸੰਦ ਕੀਤਾ ਮਾਤਾ ਪਿਤਾ ਨੇ ਦੱਸਿਆ ਕਿ ਉਹ ਹਮੇਸ਼ਾ ਹੀ ਕਾਰਡ ਆਪਣੇ ਹੱਥ 'ਚ ਰੱਖਦਾ ਹੈ ਅਤੇ ਉਹਨਾਂ ਨੂੰ ਜਾਣਨ ਦੀ ਕੋਸ਼ਿਸ਼ ਕਰਦਾ ਹੈ ਅਤੇ ਹੁਣ ਤਨਮਿਆ ਨਰੰਗ 2 ਸਾਲ ਦਾ ਹੋ ਚੁੱਕਿਆ ਅਤੇ ਕੁਝ ਦਿਨ ਪਹਿਲਾਂ ਹੀ ਬੁੱਕ ਆਫ ਰਿਕਾਰਡ ਦਾ ਸਰਟੀਫିକੇਟ ਮੈਡਲ ਅਤੇ ਕੈਟਲੌਗ ਹਾਸਲ ਕੀਤਾ ਹੈ ਅਤੇ ਤਨਮੈ ਨਰੰਗ ਦੇ ਮਾਤਾ ਪਿਤਾ ਨੇ ਕਿਹਾ ਕਿ ਸਾਨੂੰ ਆਪਣੇ ਬੱਚੇ ਦੀ ਕਾਬਲੀਅਤ ਤੇ ਫਕਰ ਮਹਿਸੂਸ ਹੋ ਰਿਹਾ ਅੰਮ੍ਰਿਤਸਰ ਤੋਂ ਹਰਿੰਦਰ ਸਿੰਘ ਦੀ ਰਿਪੋਰਟ ਅਜੀਤ ਵੈਬ ਟੀਵੀ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਮੇਰਾ ਨਾਮ ਨਿਸ਼ਾਨਤ ਹੈ ਨਿਸ਼ਾਨਤ ਨਰੰਗ ਮੇਰੇ ਵਾਈਫ ਹੈਗੇ ਹੈ ਹਿਨਾ ਹਿਨਾ ਨਰੰਗ ਔਰ ਮੇਰੇ ਬੇਟੇ ਦਾ ਨਾਮ ਹੈ ਸਾਡੇ ਬੇਟੇ ਦਾ ਨਾਮ ਤਨਮੈ ਨਾਰੰਗ ਅ ਐਕਚੁਅਲੀ ਉਹਦਾ ਵਰਲਡਵਾਈਡ ਬੁੱਕ ਆਫ ਰਿਕਾਰਡਸ ਤੇ ਰਜਿਸਟਰ ਕਰਵਾਇਆ ਪਾਉਣੇ 196 ਕੰਟਰੀਜ਼ ਵਰਲਡਵਾਈਡ ਸਾਰੇ ਆਇਡੈਂਟੀਫਾਈ ਕਰ ਲੰਦਾ ਕਾਰਡਸ ਤੇ ਉਹਦੀ ਅਚੀਵਮੈਂਟ ਆਈ ਹੈ ਤੇ ਇੰਡੀਆ ਬੁੱਕ ਆਫ ਰਿਕਾਰਡਸ ਸੇ ਪਾਇਦਾ ਐਕਸੈਪਟੈਂਸ ਆ ਗਈ ਹੈ ਤੇ ਉਹਨਾਂ ਦਾ ਪੈਂਡਿੰਗ ਹੈ ਸਾਰਾ ਪ੍ਰੋਸੈਸ ਤੇ ਗਿਨਿਸ ਬੁੱਕ ਆਫ ਰਿਕਾਰਡਸ ਵੀ ਇਹਦਾ ਦਿੱਤਾ ਆ ਤੇ 4 ਮੰਥਸ ਅਰਾਊਂਡ ਲੱਗਦੇ ਪ੍ਰੋਸੈਸਿੰਗ ਟਾਈਮ ਜਿਵੇਂ ਉਹਦਾ ਆ ਜਾਏਗਾ ਪਾ ਉਹਦਾ ਵੀ ਪਬਲਿਸ਼ ਕਰ ਦਾਂਗੇ ਤੇ ਅ 댓्स ਇਟ ਮਤਲਬ ਹਲੇ ਉਹਦਾ ਲਰਨਿੰਗ ਉਹਦੀ ਆਪਾ 3 ਮੰਥਸ ਦੀ ਏਜ ਤੋਂ ਹੀ ਸ਼ੁਰੂ ਕਰਵਾਤੀ ਸੀ ਉਹਦੀ ਜ਼ਿਆਦਾ 멘ਟਲ ਦੇ ਨਾਲ ਫਿਜ਼ੀਕਲ ਐਕਟੀਵਿਟੀਆਂ ਦੇ ਨਾਲ ਵੀ ਆਪਾਂ ਵਿੱਚ ਵੀ ਕਨਸੈਂਟਰੇਟ ਕੀਤਾ ਉਹਦਾ ਅ ਤੇ ਇਸ ਟਾਈਮ ਉਹ ਕਾਰਡਸ ਤੋਂ ਇਲਾਵਾ ਅਰਾਊਂਡ 62 70 ਕੰਟਰੀਜ਼ ਦੀ ਕਰੰਸੀਜ਼ ਵੀ ਆਇਡੈਂਟੀਫਾਈ ਕਰ ਲੈਂਦਾ ਅ ਡਿਫਰੈਂਟ ਡਿਫਰੈਂਟ ਟਾਈਪਸ ਆਫ ਵੈਜੀਟੇਬਲਸ ਫਰੂਟਸ ਐਨੀਮਲਸ ਪਲਾਂਟਸ ਡਿਫਰੈਂਟ ਟਾਈਪਸ ਆਫ ਫਲਾਵਰਸ 뮤지컬 ਇਨਸਟਰੂਮੈਂਟਸ ਵੰਡਰਸ ਆਫ ਦ ਵਰਲਡ ਕਾਫੀ ਚੀਜ਼ਾਂ ਆਇਡੈਂਟੀਫਾਈ ਕਰ ਲੈਂਦਾ ਕਾਰਡਸ ਤੋਂ ਹਾਂਜੀ ਕੰਟੀਨੈਂਟਸ ਮਹਾਦੀਪ ਸਾਰੇ ਓਸ਼ियंस ਵਗੈਰਾ ਸਾਰੇ ਨਾਮ ਜਿਵੇਂ ਉਹ ਲਰਨ 1 2 ਮਤਲਬ ਕਾਊਂਟਿੰਗ ਵਗੈਰਾ ਜਦ ਹੀ ਕਰਾਂਦੇ ਰਹਿਣੇ ਆ ਰੋਜ਼ ਵਧਾਣੇ ਰਹਿਣੇ ਆ ਜਿਵੇਂ ਇੱਕ ਦਿਨ 1 2 10 ਕਰਾਈ ਇੱਕ ਦਿਨ 10 11 20 ਹਮੇ ਹੌਲੀ ਹੌਲੀ ਮਤਲਬ 2 ইয়ার্স ਦੀ এজ ਵਿੱਚ ਜਿਹੜੀ ਨੌਲੇਜ ਹੋਣੀ ਚਾਹੀਦੀ ਮਤਲਬ ਉਸ ਤੋਂ ਥੋੜੀ ਜਿਹਾ ਜ਼ਿਆਦਾ ਨੌਲੇਜ ਹੈ ਬਟ ਹਾਂ ਇਸ ਚੀਜ਼ ਨੂੰ ਲੈ ਕੇ ਆਪਾਂ ਓਵਰ ਕੰਫੀਡੈਂਟ ਨਹੀਂ ਹੋਦੀ ਆਪਾਂ ਹਮੇਸ਼ਾ ਲਰਨਿੰਗ ਚਾਲੂ ਹੀ ਰੱਖਾਂਗੇ ਤੇ ਆਪਾਂ ਐ ਨਹੀਂ ਚਾਹਦੇ ਕਿ ਕਦੀ ਉਹਦੀ ਲਰਨਿੰਗ ਕੱਟੋਏ ਹਾਂ ਬਟ ਐ ਵੀ ਨਹੀਂ ਕਿ ਕਦੀ ਉਹ ਓਵਰ ਕੰਫੀਡੈਂਟ ਹੋਇਆ ਕਿ ਹਮੇਸ਼ਾ ਲਰਨਿੰਗ ਕਰਦਾ ਹੀ ਰਹੇ ਤੇ ਹਮੇਸ਼ਾ ਆਪਨੇ ਵੱਲੋਂ ਸਾਡਾ ਬੈਸਟ ਹੀ ਰਹੇਗਾ ਬਾਕੀ ਇਹੀ ਸਾਡਾ ਗੋਲ ਹੈ ਕਿੰਨੀ ਉਮਰ ਹੈ ਬੱਚੇ ਦੀ ਇਸ ਟਾਈਮ 2 2 ਮੰਥਸ ਤੇ 2 ইয়ারਸ ਤੇ 20 ਡੇਸ ਦਾ ਇਸ ਟਾਈਮ ਤੇ ਪਰ ਲੇਕਿਨ ਜਦੋਂ ਦਾ ਰਿਕਾਰਡ ਹੋਇਆ ਉਹ ਤੋਂ 1 ইয়ার ਤੇ 8 ਮੰਥਸ ਦਾ ਸੀ ਹਾਂ ਜੀ ਬੋਨ ਆ ਦਾ ਆਦਰ ਨਾਨੀ ਹਾਊਸ ਬੋਨ ਆ ਦਾ ਥੀ ਹੋਇਆ ਅੰਮ੍ਰਿਤਸਰ ਵਿੱਚ ਜੀ ਬਟ ਬੀਇੰਗ ਐਨ ਆਈਟੀ ਪ੍ਰੋਫੈਸ਼ਨਲ ਮੈਂ ਡਿਫਰੈਂਟ ਸਿਟੀਜ਼ ਚ ਰਹਾ ਤੇ ਉਹ ਦਿੱਲੀ ਵੀ ਰਹੇ ਆ ਅਸੀਂ ਲੇਕਿਨ ਲਾਸਟ ਪਹਿਲਾਂ ਬੈਂਗਲੌਰ ਸੀ ਹੁਣ ਅਸੀਂ 2 ਮੰਥਸ ਹੋਏ ਚੰਡੀਗੜ੍ਹ ਸ਼ਿਫਟ ਹੋਏ ਆ ਸਾਡ ਕਾਫੀ ਸੋਸ਼ੀਅਲਾਈਜੇਸ਼ਨ ਕੀਤੀ ਹੈ ਸਾਡੇ ਤੋਂ ਜ਼ਿਆਦਾ ਉਹ ਘੁੰਮਿਆ ਉਹ ਜ਼ਿਆਦਾ ਸिटीज ਚ ਰਿਹਾ ਹੈ ਬਹੁਤ سارے ਸ਼ਹਿਰ ਐਕਸਪਲੋਰ ਕੀਤੇ ਆ ਬਾਕੀ ਸਾਡਾ ਟਰੈਵਲਿੰਗ ਵੀ ਸਾਡਾ ਸ਼ੌਂਕ ਆ ਘੁੰਮਦਾ ਰਹਿੰਦਾ ਬਟ ਸਾਡੀ ਫੈਮਿਲੀ ਸਾਡੇ ਐਜ਼ ਅ ਪੇਰੈਂਟਸ ਤੋਂ ਇਲਾਵਾ ਸਾਡੀ ਫੈਮਿਲੀ ਦਾ ਪੂਰਾ ਯੋਗਦਾਨ ਆ ਉਹਦੇ ਉਹਦੇ ਨਾਨੂ ਨਾਨੀ ਉਹਦੇ ਉਹਦੇ ਮਾਮੂ ਮਮੀ ਸਾਰੇ ਸਾਰਿਆਂ ਨੂੰ ਪਤਾ ਹੈ ਕਿ ਉਹ ਲਰਨਿੰਗ ਚ ਉਹ ਹਮੇਸ਼ਾ ਉਹਦਾ ਰੁਝਾਵ ਰਿਹਾ ਇਸ ਲਈ ਉਹ ਵੀ ਕਦੀ ਉਹ ਕਦੀ ਐਵੇਂ ਨਹੀਂ ਉਹਨੂੰ ਕੀਤਾ ਕਿ ਉਹਨਾਂ ਨੇ ਜਿਵੇਂ ਪੇਰੈਂਟਸ ਵੱਲੋਂ ਗ੍ਰੈਂਡਪੇਰੈਂਟਸ ਵੱਲੋਂ ਕੋਈ ਗਿਫਟ ਹੁੰਦਾ ਤੇ ਉਹਨਾਂ ਨੇ ਐ ਨਹੀਂ ਕੀਤਾ ਕਿ ਐਂਟਰਟੇਨਮੈਂਟ ਦਾ ਟੌਏ ਉਹ ਹਮੇਸ਼ਾ ਹੀ ਕਹਿੰਦਾ ਕਿ ਲਰਨਿੰਗ ਉਹਨੂੰ ਲਰਨਿੰਗ ਦੀ ਚੀਜ਼ਾਂ ਹੀ ਹਮੇਸ਼ਾ ਨੂੰ ਗਿਫਟ ਕੀਤੀਆਂ ਪ੍ਰੋਵਾਈਡ ਕੀਤੀਆਂ ਤਾਂ ਕਿ ਉਹ ਹਮੇਸ਼ਾ ਲਰਨਿੰਗ ਕਰ ਸਕੇ ਤੇ ਸਾਡਾ ਅ ਫੈਮਿਲੀ ਦਾ ਮਾਹੌਲ ਹੀ ਆਹੀ ਬਣਿਆ ਰਿਹਾ ਹਮੇਸ਼ਾ ਤਾਂ ਕਿ ਪੀਸ ਹਮੇਸ਼ਾ ਰਹਿੰਦਾ ਸਾਡੀ ਫੈਮਿਲੀ ਤਾਂ ਕਿ ਉਹ ਹਮੇਸ਼ਾ ਲਰਨ ਕਰੇ ਉਸ ਉਸ ਮਾਹੌਲ ਵਿੱਚ ਉਸ ਕੋਲ ਇਸ ਟਾਈਮ ਵਰਲਡ ਵਾਈਡ ਬੁੱਕ ਆਫ ਰਿਕਾਰਡਸ ਹੈ ਇੰਡੀਆ ਬੁੱਕ ਆਫ ਰਿਕਾਰਡ ਦੀ ਐਕਸੈਪਟੈਂਸ ਆ ਰਹੀ ਹੈ ਲੇਕਿਨ ਉਹਨਾਂ ਦਾ ਪ੍ਰੋਸੈਸ ਪੈਂਡਿੰਗ ਹੈ ਜਿਹਦਾ 1 ਮਹੀਨਾ ਵੀ ਲੱਗ ਸਕਦਾ 15 ਦਿਨ ਵੀ ਲੱਗ ਸਕਦੇ ਹੈ ਤੇ ਗਿਨਿਸ ਬੁੱਕ ਆਫ ਰਿਕਾਰਡਸ ਤੋਂ ਆਪਾਂ ਅਸੀਂ ਸਾਰਾ ਕੁਝ ਪ੍ਰੋਵਾਈਡ ਕਰਤਾ ਤੇ ਉਹਨਾਂ ਦਾ ਨਾਰਮਲੀ 3 ਟੂ 4 ਮੰਥਸ ਲੱਗਦੇ ਪ੍ਰੋਸੈਸਿੰਗ ਚ ਮੇਰਾ ਨਾਮ ਹੀਨਾ ਸੋਈ ਨਾਰੰਗ ਹੈ ਔਰ ਬੇਬੀ ਕੇ ਲਿਏ ਆਈ ਊਡ Uh, ज़्यादा जरूरी बहुत ज़्यादा इंपॉर्टेंस जी चीज़ रखते शायद सब लोग निगलैक्ट कर दें दे। वो एक स्पिरिचुअल चीज़ भी है स्पिरिचुअल uh, होना रिलीजियस होना और उस चीज़ को uh, शिद्दत न मानना वो चीज़ा बेबी लिए बहुत फ़र्क डाल दें जो तो बेबी होने वाला सी उदो आई वुड से आई वॉज रीडिंग आई वॉज डूइंग आई वॉज़ रीडिंग श्रीमद भागवत गीता भागवत गीता का बहुत असर मेरे ऊपर भी आया सी बिकॉज एकदम माइंड बिल्कुल चेंज हो जाता है एंड आफ्टर दैट ਡੈਫੀਨਿਟਲੀ ਮੈਨੂੰ ਇਹ ਲੱਗਦਾ ਕਿ ਉਹਦੇ ਤੇ ਉਹਦੇ ਤੇ ਬਹੁਤ ਅਸਰ ਆਇਆ ਕਿਉਂਕਿ ਸੋਲ ਦਾ ਡੈਫੀਨਿਟਲੀ ਅਸਰ ਪੈਂਦਾ ਔਰ ਯੂਜੂਲੀ ਆਈ ਵਾਸ ਈਟਿੰਗ ਐਗਸ ਆਲਸੋ ਮੈਂ ਵੀ ਖਾਣੇ ਛੱਡ ਦਿੱਤੇ ਬਿਕਾਜ਼ ਮੈਨੂੰ ਐਸੀ ਤੇ ਬਹੁਤ ਜ਼ਿਆਦਾ ਵਿਸ਼ਵਾਸ ਆ ਗਿਆ ਸੀ ਕਿਉਂਕਿ ਮੈਨੂੰ ਇਹ ਲੱਗਦਾ ਹੈ ਕਿ ਬੇਬੀ ਇੱਕ ਭਗਵਾਨ ਦਾ ਰੂਪ ਡੈਫੀਨਿਟਲੀ ਹੁੰਦਾ ਹੈ ਸਾਰੇ ਬਟ ਅਸੀਂ ਪ੍ਰੋਪਰਲੀ ਉਹਦੇ ਉੱਪਰ ਇਸੇ ਤਰੀਕੇ ਨਾਲ ਫੋਕਸ ਕੀਤਾ ਕਿ ਉਹ ਜ਼ਿਆਦਾ ਓਮ ਓਮ ਵੀ ਕਰਦਾ ਮਤਲਬ ਸੌਣ ਲੱਗਿਆ ਉੱਠ ਕੇ ਔਰ ਉਹ ਸ਼ੁਰੂ ਤੋਂ ਹੀ ਕਰ ਰਿਹਾ ਹੈ ਇਹ ਤੇ ਸ਼ਾਇਦ ਉਹ 6 7 ਮੰਥ ਤੋਂ ਹੀ ਕਰਨਾ ਸ਼ੁਰੂ ਕਰ ਦਿੱਤਾ ਸੀ ਉਹਨੇ ਕਿ ਉਹ ਸੌਣ ਤੋਂ ਪਹਿਲਾਂ ਭਗਵਾਨ ਦਾ ਨਾਮ ਸੁਣ ਕੇ ਹੀ ਸੌਂਦਾ ਉਸ ਤੋਂ ਬਿਨਾ ਉਹ ਸੌਂਦਾ ਹੀ ਨਹੀਂ ਹੈ ਔਰ ਪੂਜਾ ਕਰਦਾ ਹੈ ਬੈਲ ਵਜਾਂਦਾ ਆਰਤੀ ਤੇ ਸ਼ਾਇ ਮੰਦਰ ਵਿੱਚ ਬੈਠ ਕੇ ਉਹ ਨਾਲ ਆਰਤੀ ਕਰੇਗਾ ਉਸ ਤੋਂ ਬਿਨਾ ਸੀ ਆਰਤੀ ਨਹੀਂ ਕਰ ਸਕਦਾ ਕਿਉਂਕਿ ਉਹ ਅਲਾਉ ਹੀ ਨਹੀਂ ਕਰਦਾ ਸਾਨੂੰ ਔਰ ਬੈਲ ਵੀ ਉਹ ਨਹੀਂ ਵਜਾਣੀ ਹੈ ਉਹ ਸਾਨੂੰ ਅਲਾਉ ਨਹੀਂ ਕਰਦਾ ਵਜਨ ਲਈ ਸੀ ਬਹੁਤ ਉਹ ਸੋਨੀ ਗੱਲ ਬੋਲੀ ਤੁਸੀਂ ਬਹੁਤ ਵੱਡੀ ਗੱਲ ਵੀ ਹੈ ਅ ਮਤਲਬ ਬਹੁਤ ਪ੍ਰਾਊਡ ਫੁਲ ਇਨ ਦਾ ਮੋਮੈਂਟ ਤੇ ਬਟ ਵੀ ਆਰ ਨਾਟ ਓਵਰ ਇਸ ਚੀਜ਼ ਨੂੰ ਨਹੀਂ ਲੈ ਰਹੇ ਕਿਉਂਕਿ ਸਾਡਾ ਫੋਕਸ ਉਹਨੂੰ ਅੱਗੇ ਕਰਵਾਉਣ ਵਿੱਚ ਵੀ ਹੈ ਚੀਜ਼ਾਂ ਇਟਸ ਨਾਟ ਕਿ ਅਸੀਂ ਇੱਥੇ ਆ ਕੇ ਰੁਕ ਗਏ ਉਸ ਤਰ੍ਹਾਂ ਨਹੀਂ ਕਰਨਾ ਚਾਹੁੰਦੇ ਕਿਉਂਕਿ ਨਾ ਹੀ ਸਾਡਾ ਕੋਈ ਇਸ ਤਰ੍ਹਾਂ ਦਾ ਮਾਈਂਡਸੈਟ ਸੀ ਕਿ ਅਸੀਂ ਕੋਈ ਰਿਕਾਰਡ ਫਾਈਨਲ ਰਿਕਾਰਡ ਸੈੱਟ ਕਰਨਾ ਵੀ ਵਰ ਜਸਟ ਵਾਂਟਿੰਗ ਕਿ ਸਾਡਾ ਬੇਬੀ ਅੱਛੇ ਤਰੀਕੇ ਚੀਜ਼ਾਂ ਨੂੰ ਗ੍ਰੈਬ ਕਰਨਾ ਸ਼ੁਰੂ ਕਰ ਦੇ ਔਰ ਈਜ਼ੀ ਉਹਦੇ ਵਾਸਤੇ ਲਾਈਫ ਈਜ਼ੀ ਹੋ ਜਾਏ ਅੱਗੋ ਥੈਟ ਵਾਸ ਆਰ ਮੋਰ ਮੋਟਿਵ ਆ ਮੋਰ ਫੋਕਸ ਕਿ ਉਹਦਾ ਉਹਦੇ ਲਈ इजी ਹੋਏ ਲਾਈਫ ਔਰ ਲਾਈਫ ਦਾ ਫੋਕਸ ਅੱਜ ਦੀ ਡੇਟ ਦੇ ਵਿੱਚ ਸਾਡੇ ਲਈ ਇਹ ਹੈ ਕਿ ਉਹਦੀ ਲਾਈਫ ਸਿਰਫ ਹੈਪੀ ਹੋਣੀ ਚਾਹੀਦੀ ਹੈ वर्ल्ड वाइड ਬੁੱਕ ਆਫ ریکارڈਸ ਔਰ ਇੰਡੀਆ ਬੁੱਕ ਆਫ ریکارڈਸ ਦੀ ਅਚੀਵਮੈਂਟ ਆਉਣ ਵਾਲੀ ਹੈ ਔਰ ਤੋਂ ਫਾਈਨਲ ਹੋ ਗਿਆ ਹੈ ਔਰ ਗਿਨਿਸ ਬੁੱਕ ਆਫ ریکارڈਸ ਪ੍ਰੋਸੈਸ ਦੇ ਵਿੱਚ ਹੈ